बिस्मिल्लाहिर्रहमानिर्रहीम। अस्सलाम वालेकुम व्यूअर्स, उम्मीद करना कि तुसी सब खैरियत नाल होवोगे। अल्लाह ताला कोलो दुआ गवां कि अल्लाह ताला तुहानू सारिआं नूं अपने हिफ्ज़ अमान च रखे। व्यूअर्स, अज दा व्लॉग शुरू करने। व्यूअर्स, तुसी देख रहे हो माशाल्लाह हां जवान बच्चा, ते कहंदा जी मेरे दिल नूं की घबराहट पैण डी है। अच्छा, दिल नूं घाटा जिहा पैण डिआ। ऐ सामने जी व्यूअर्स जी दा सर्विस स्टेशन है, उहदा सामने आ। ਹੁਣੇ ਹੁਣੀ ਮੋਟਰਸਾਈਕਲ ਧੋ ਕੇ 60 ਰੁਪਏ ਲੈ ਗਿਆ, ਅਤੇ ਆਪਣੇ ਆਹ ਦੇਖ ਲਓ, ਉਹ ਆਪਣੇ ਭਾਈ ਮੋਟਰਸਾਈਕਲ ਧੋ ਕੇ ਲੈ ਕੇ ਚੱਲੇ ਨੇ। ਠੀਕ ਹੈ ਜੀ, ਇਹਦਾ ਸਰਵਿਸ ਸਟੇਸ਼ਨ ਆ, ਅਤੇ ਇਹਦੇ ਦਿਲ ਨੂੰ ਘਾਟਾ ਪੈਣ ਡਿਆ ਇਹੋ ਜਿਹੇ ਲਾਗ ਡਿਆ। ਘਾਟਾ ਪਤਾ ਕਿਉਂ ਪੈਂਦਾ? ਮੇਰਾ ਬਾਈਪਾਸ ਆਪਰੇਸ਼ਨ ਹੋਇਆ ਤਾ, ਉਹ ਆਪਰੇਸ਼ਨ ਦੀ ਮੈਂ ਤੁਹਾਨੂੰ ਡਾਕਟਰ ਨੇ ਦੱਸਿਆ ਕਿ 1 ਘੰਟੇ ਦੇ ਵਿੱਚ ਤੁਸੀਂ ਇੱਕ ਸਟਿੰਗ ਲਾਜ਼ਮੀ ਪੀਣੀ ਕਰਨੀ ਆ, ਇਸ ਵਾਸਤੇ ਮੈਂ ਸਟਿੰਗ ਨਾ ਪੀਵਾਂ ਤਾਂ ਮੈਂ ਬਚ ਨਹੀਂ ਸਕਦਾ। ਅੱਛਾ, 1 ਘੰਟੇ ਜੇ ਇੱਕ ਸਟਿੰਗ ਨਾ ਪੀਵਾਂ ਤਾਂ ਬਚ ਨਹੀਂ ਸਕਦਾ? ਹਾਂਜੀ। ਅਤੇ ਰੋਜ਼ੇ ਮਾਫ਼ ਨੇ ਜੀ ਤੁਹਾਨੂੰ? रमजान च इन्हां बोतल दे नाल दया करो तुसी। भाई ने असमान करियाने की दुकान है, इन्हां नूं तो माफ़ी है लॉकडाउन च, असली खुले ने माशाला। मुड़ा भाई है छोटा, चाट चूट ला के बैठे दे ने। ठीक है जी, ਤੁਸੀਂ ਬੋਤਲ ਪੀਣੀ ਹੈ ਜੀ? ਖਲਗਾ ਬੋਤਲ ਤੁਸੀਂ ਪੀਣੀ ਹੈ ਤੇ ਦੱਸ ਦਿਓ। ਨਹੀਂ ਸਰ, ਸਾਡਾ ਰੋਜ਼ਾ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਹੋਰ ਪੀਣੀ ਹੈ ਤੇ ਦੱਸ ਦਿਓ। ਨਹੀਂ ਸਰ, ਮੈਂ ਕਿਹਾ ਸਾਡਾ ਰੋਜ਼ਾ ਅਲਹਮਦੁਲਿਲਾ, ਮੈਂ ਕਿਹਾ ਸ਼ੁਕਰ ਅਲਹਮਦੁਲਿਲਾ। ਵੀਰ ਦੇਖ ਲਓ ਮਾਸ਼ਾਅੱਲਾ, ਕੰਮ ਇਹਦੇ ਕੋਲੋਂ ਮੁੱਕਦਾ ਨਹੀਂ ਹੈ, ਐਵੇਂ ਇਹਦੇ ਦਿਲ ਨੂੰ ਘਾਟਾ ਪੈਂਦਾ ਰਹਿੰਦਾ। ਘਾਟਾ ਪਏ ਉਹਨਾਂ ਲੋਕਾਂ ਨੂੰ ਜਿਹੜਾ ਡੇਢ ਮਹੀਨਾ ਸਵਾ ਮਹੀਨਾ ਹੋ ਗਿਆ ਘਰ ਬੈਠੇ ਰਹਿੰਦੇ ਦੁਕਾਨਾਂ ਬੰਦ ਕਰਕੇ, ਇਹ ਨਾ ਸ਼ੁਕਰਾ ਜਿਹਾ ਕਹਿੜਦਾ ਜੀ ਦਿਲ ਨੂੰ ਘਾਟਾ ਪੈਣ ਡਿਆ, ਅਤੇ ਜਾ ਕੇ ਦੌੜ ਕੇ ਇੱਕ ਮੋਟਰਸਾਈਕਲ ਧੋ ਲੈਂਦਾ, ਅਤੇ ਧੋ ਕੇ ਅਤੇ ਇੱਕ ਸਟਿੰਗ ਪੀ ਲੈਂਦਾ ਜਾ ਕੇ, ਫਿਰ ਇੱਕ ਮੋਟਰਸਾਈਕਲ ਧੋ ਲੈਂਦਾ, ਫਿਰ ਜਾ ਕੇ ਇੱਕ ਸਟਿੰਗ ਪੀ ਲੈਂਦਾ। ਉਹਦੇ ਤੁਸੀਂ ਸੁਣਿਆ ਹੀ ਇਹਦੀ ਜ਼ਬਾਨੀ ਕਿ ਦੱਸਦਾ ਪਿਆ ਨਾ ਕਿ 1 ਘੰਟੇ ਬਾਅਦ ਇੱਕ ਸਟਿੰਗ ਪੀਣੀ ਹੁੰਦੀ ਹੈ। ਅਤੇ ਮਿਹਨਤ ਕਹਿੰਦਾ ਮੈਂ ਬਹੁਤ ਜ਼ਿਆਦਾ ਕਰਨਾ, ਇਸ ਲਈ ਮੈਨੂੰ ਮਾਫ਼ੀ ਆ ਹਰ ਤਰ੍ਹਾਂ ਦੀ। ਬਾਈ, ਇੱਕ ਮੋਟਰਸਾਈਕਲ ਧੋਣ ਦੇ ਕਿੰਨੇ ਪੈਸੇ ਲੈਂਦੇ ਹੋ? ਹੈਂ, ਇਹ ਲਾਕਡਾਊਨ ਦੀ ਵਜ੍ਹਾ ਨਾਲ 70 ਲੈਂਦੇ ਹੋ ਜਾਂ? ਅੱਛਾ, 70 ਰੁਪਏ ਕਰ ਦਿੱਤਾ ਯਾਰ। ਜੇ ਜਦੋਂ ਲਾਕਡਾਊਨ ਨਹੀਂ ਲੱਗਾ ਉਦੋਂ ਮੈਂ ਤਾਂ 50 ਰੁਪਏ ਦਿੰਦਾ ਰਿਹਾ। ਅੱਛਾ ਅੱਛਾ ਅੱਛਾ, ਵੈਸੇ 70 ਕਰ ਛੇ ਉਹਨਾਂ ਨੂੰ। ਫਿਰ ਭਾਈ ਤੁਸੀਂ ਸਟਿੰਗ ਪੀ ਸਕਦੇ ਹੋ। ਵੀਰ ਕਹਿੰਦਾ, ਭਾਈ ਕਹਿੰਦਾ ਰੇਟ ਲਿਸਟ ਲਾਤੀ ਦੀ ਹੈ ਲਾਕਡਾਊਨ ਦੇ ਵਿੱਚ, ਪਤਾ ਨਹੀਂ ਪੜ੍ਹੀ ਜਾਂਦੀ ਹੈ ਕਿ ਨਹੀਂ ਇਹ ਜਿਹੇ ਰੇਟ ਲਿਸਟ ਇਹਨਾਂ ਦੀ। ਮੋਟਰਸਾਈਕਲ 70 ਰੁਪਏ, ਠੀਕ ਹੈ ਜੀ। ਕਾਰ ਵਾਸ਼ 200 ਰੁਪਈਏ, ਮਿੰਨੀ ਮਜ਼ਦਾ ਵਾਸ਼ 200 ਰੁਪਈਏ, ਰਕਸ਼ਾ ਵਾਸ਼ 150 ਰੁਪਈਆ, ਕੈਰੀ ਡੱਬਾ 150 ਰੁਪਈਆ, ਟਰੈਕਟਰ ਸਰਵਿਸ 600 ਰੁਪਈਆ, ਟਿਓਟਾ ਵਾਸ਼ 200 ਰੁਪਈਆ, ਇਹ ਕੀ ਲਿਖਿਆ ਭੜੋਲਾ ਵਾਸ਼ 1500 ਰੁਪਈਆ, ਡੈਂਪਰ ਸਰਵਿਸ 1000 ਰੁਪਈਆ, ਅਪਰ ਮਸ਼ੀਨ 800 ਰੁਪਈਆ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਮਾਰ ਟਰੈਕਟਰ ਸਰਵਿਸ। ਫਿਰ ਅਤੇ ਨੋਟਸ ਕੀ ਹੈ ਜੀ? ਨੋਟਸ ਲਿਖਿਆ ਵਾ, ਤਮਾਮ ਕਸਟਮਰ ਸੇ ਅਪੀਲ ਹੈ ਕਿ ਆਪਣੇ ਸਮਾਨ ਕੀ ਹਿਫਾਜ਼ਤ ਖੁਦ ਕਰੇ, ਵਰਨਾ ਅਮਲਾ ਜ਼ਿੰਮੇਦਾਰ ਨਾ ਹੋਗਾ। ਕਿਸੀ ਕੀ ਕੋਈ ਚੀਜ਼ ਰਹਿ ਗਈ ਤਾਂ ਵਾਪਸੀ ਪਰ 200 ਰੁਪਏ ਜੁਰਮਾਨਾ ਪਰ ਵਾਪਸ ਕੀ ਜਾਏਗੀ। ਸ਼ੁਕਰੀਆ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚੇਤਾ ਨਹੀਂ ਭੁੱਲਣਾ ਚਾਹੀਦਾ ਬਈ ਜਿਹੜਾ ਇੱਥੇ ਆਏ, ਨਹੀਂ ਤਾਂ ਸੁੱਕੇ ਤੇ 200 ਰੁਪਏ ਦਾ ਟੀਕਾ ਲੱਗ ਜਾਣਾ। ਵੀਵਸ, ਕਣਕਾਂ ਦੀ ਕਟਾਈ ਸ਼ੁਰੂ ਆ, ਅਤੇ ਟਰਾਲੀਆਂ ਸ਼ਰਾਲੀਆਂ ਮਸ਼ੀਨਾਂ ਮੁਰੰਮਤ ਹੋ ਰਹੀਆਂ ਨੇ ਭਾਈ ਆਜ਼ਮ ਨੇ, ਅਤੇ ਨਾਲੇ ਆਪਣੇ ਵੀਵਸ ਨੂੰ ਦੱਸਾਂ ਕਿ ਇਹ ਆਜ਼ਮ ਭਾਈ ਵੀ ਮੇਰੇ ਕਲਾਸ ਫੈਲੋ ਨੇ। ਠੀਕ ਹੈ ਜੀ, ਅਤੇ ਬੜੇ ਮਿਹਨਤੀ ਕੰਮ ਕਰਦੇ ਨੇ ਜੀ। ਠੀਕ ਹੈ ਜੀ, ਇਹ ਟਰਾਲੀ ਦਾ ਮੇਰਾ ਖਿਆਲ ਪੈਂਚਰ ਪੁੰਚਰ ਲਾ ਕੇ ਅਤੇ ਇਹਨਾਂ ਨੇ ਇਹਨਾਂ ਟਾਇਰ ਚਾੜਦੇ ਪਏ ਨੇ, ਅਤੇ ਸਾਹਮਣੇ ਇਹਨਾਂ ਦੀ ਸ਼ੋਪ ਆ, ਉਹ ਆਪਣੇ ਭਾਈ ਹੋਣੀ ਮਸ਼ੀਨ ਜਿਹੜੀ ਹੈ ਨਾ ਉਹਨੂੰ ਮੁਰੰਮਤ ਕਰਦੇ ਪਏ ਨੇ। ਠੀਕ ਹੈ ਜੀ, ਤੁਹਾਨੂੰ ਕਲੋਜ਼ ਕਰਕੇ ਦਿਖਾਉਣਾ, ਇਹ ਦੇਖੋ ਇਹ ਸਾਹਮਣੇ ਵੈਲਡਿੰਗ ਦਾ ਕੰਮ ਕਰਦੇ ਪਏ ਨੇ, ਇਹ ਭਾਈ ਆਜ਼ਮ ਕੀ ਦੁਕਾਨ ਹੈ। ਠੀਕ ਹੈ ਜੀ, ਅਤੇ ਕਣਕਾਂ ਦੀ ਕਟਾਈ ਦਾ ਜ਼ੋਰ ਹੈ ਇਸ ਟਾਈਮ, ਅਤੇ ਇਹ ਜੀ ਆਪਣੇ ਭਾਈ ਭੱਪੂ ਨੇ
ਭਾਈ ਇਹ ਕਾਹਦੇ ਟਾਂਕੇ ਲਾਉਣ ਦਿਓ, ਕੀ ਕਰਨ ਦਿਓ, ਦੰਦੇ ਸਹੀ ਕਰਨ ਦਿਓ। ਹਾਂਜੀ ਆਜ਼ਮ ਭਾਈ ਦੇ ਨਾ ਵੱਡੇ ਭਾਈ ਨੇ ਅਤੇ ਮਸ਼ੀਨ ਨੂੰ ਮੁਰੰਮਤ ਕਰਦੇ ਪਏ ਨੇ ਕਿਉਂਕਿ ਹੁਣ ਕਟਾਈ ਦਾ ਤੁਹਾਨੂੰ ਪਤਾ ਰੂਜ ਆ ਇਸ ਟਾਈਮ। ਅਤੇ ਭਾਈ ਦੰਦਿਆਂ ਨੂੰ ਕੀ ਹੋਇਆ ਵਾ, ਕੱਸ ਗਏ ਨੇ? ਅਜੇ ਜੀ ਵੀਰ ਜੀ ਆਪਣੇ ਦੰਦੇ ਉਹ ਨਾ ਮੁਰੰਮਤ ਕਰਦੇ ਪਏ ਨੇ। ਦੋਸਤੋ ਮੈਂ ਆਪਣੇ ਕਬਰਸਤਾਨ ਵਾਲੇ ਬੋਰਡ ਦੇ ਨੀਚੇ ਅਤੇ ਇੱਥੇ ਆਪਣੇ ਲੜਕੇ ਸਾਰੇ ਨਾ ਕ੍ਰਿਕਟ ਖੇਡਣ ਵਾਸਤੇ ਤਿਆਰ ਨੇ ਇਸ ਟਾਈਮ। ਬਸ ਕੋਈ ਗੇਮ ਨੂੰ ਟੇਪ ਕਰਦਾ ਪਿਆ, ਕੋਈ ਆਪਣੇ ਬੜੇ ਖਿਲਾੜੀ ਮਲਦਾ ਪਿਆ, ਠੀਕ ਹੈ ਜੀ। ਅਤੇ ਮੈਚ ਸ਼ੁਰੂ ਹੁੰਦਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਜਿਹੀ ਝਲਕ, ਠੀਕ ਹੈ ਜੀ। ਹਮਜ਼ਾ ਹਮਜ਼ਾ ਹੋਣੀ ਜੀ ਕੈਪਟਨ ਨੇ। ਅਤੇ ਕਿੰਨੀ ਕੁ ਦੇਰ ਤੱਕ ਮੈਚ ਸ਼ੁਰੂ ਹੋਣ ਲੱਗਾ? ਅੱਛਾ ਵੀਰ ਤੁਸੀਂ ਮੈਨੂੰ ਮੈਚ ਖੇਡਦਿਆਂ ਵੇਖਿਆ, ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਮੈਂ ਕੈਸਾ ਲੱਗ ਰਿਹਾ ਸੀ ਮੈਚ ਖੇਡਦਾ, ਠੀਕ ਹੈ ਜੀ। ਅਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਫਜ਼-ਓ-ਅਮਾਨ 'ਚ ਰੱਖੇ, ਠੀਕ ਹੈ ਜੀ। ਅਤੇ ਸਾਨੂੰ ਅਤੇ ਮੈਨੂੰ ਅਤੇ ਭਾਈ ਨਈਮ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।